ਇੱਥੇ ਆਏ ਹਾਂ। ਸਾਡੇ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਮੈਂਬਰ ਵੀ ਨੇ ਅਤੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਔਰ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਊਂਗਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਪੈਗੰਬਰਾਂ ਨੇ ਜੋ ਸਾਨੂੰ ਵਿਰਾਸਤ ਦਿੱਤੀ ਹੈ, ਉਹ ਵਿਰਾਸਤ ਨੂੰ ਜੇ ਅਸੀਂ ਨਾ ਸੰਭਾਲ ਸਕੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਹਦਾ ਕਿਸੇ ਦਾ ਗਿਆਨ ਨਹੀਂ ਹੋਊਗਾ। ਸੋ ਮੈਂ ਚੇਚੇ ਤੌਰ 'ਤੇ ਪ੍ਰੋਫੈਸਰ ਸਾਹਿਬ ਦੇ ਸਾਰੇ ਪਰਿਵਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂਆਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ, ਜਿਹ ਤੋਂ ਕਾਫ਼ੀ ਸਾਡੀ ਸਿੱਖ ਕੌਮ ਨੂੰ ਸੇਧ ਮਿਲਦੀ ਆ। ਕਿਉਂਕਿ ਦੇਖਿਆ ਜਾਵੇ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਤਾਂ ਜਰਰਾ ਜਰਰਾ ਪੰਜਾਬ ਦੀ ਧਰਤੀ ਤਾਂ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਪਈ ਆ। ਇਸੇ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਮਸ਼ਹੂਰੀ ਹੈ। ਜਿਹੜੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ, ਜੇ ਕਿਤੇ ਅਸੀਂ ਉਹਨਾਂ ਦੀ ਸਿੱਖਿਆਵਾਂ ਦੇ ਮਗਰ ਚੱਲਣ ਦੀ ਕੋਸ਼ਿਸ਼ ਕਰੀਏ, ਮੈਂ ਕਹਿੰਦਾ ਫਿਰ ਤਾਂ ਕੋਰਟ ਕਚਹਿਰੀਆਂ ਦੀ ਵੀ ਲੋੜ ਨਹੀਂ, ਕਿਸੇ ਹੋਰ ਚੀਜ਼ ਦੀ ਲੋੜ ਨਹੀਂ। ਉਹਨਾਂ ਤਾਂ ਸਾਨੂੰ ਬਹੁਤ ਕੁਛ ਕਿਹਾ। ਸ਼੍ਰੋਮਣੀ ਅਕਾਲੀ ਦਲ ਉਸੇ ਸਿਧਾਂਤ 'ਤੇ ਚੱਲਦਾ ਕਿ ਸਰਬੱਤ ਦੇ ਭਲੇ ਦੀ ਗੱਲ ਕਰਦਾ। ਅਸੀਂ ਕੋਈ ਜਾਤ ਪਾਤ ਦੇ ਚੱਕਰ 'ਚ ਨਹੀਂ ਪੈਂਦੇ, ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਇਸੇ ਕਰਕੇ ਸਦਾ ਪ੍ਰਕਾਸ਼ ਜੀ ਬਾਦਲ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਮਿਨੋਰਟੀਜ਼ ਨੇ, ਮਿਨੋਰਟੀਜ਼ ਦਾ ਜਿੰਨਾ ਵੀ ਹੋ ਸਕੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਮਿਨੋਰਟੀ ਕੋਈ ਵੀ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਕੋਈ ਹੋਰ ਹੋਵੇ, ਮਿਨੋਰਟੀ ਘੱਟ ਗਿਣਤੀ ਦੇ ਵਿੱਚ ਹੁੰਦੀ ਹੈ। ਇਸ ਕਰਕੇ ਉਹਨਾਂ ਦਾ ਹਰੇਕ ਸਰਕਾਰ ਨੂੰ ਸਤਿਕਾਰ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਕਿਸੇ ਕਿਸੇ ਦੀ ਕੋਈ ਠੇਸ ਨਾ ਪਹੁੰਚੇ। ਥਿਲੋਂ ਸਾਹਿਬ, ਹੁਸ਼ਿਆਰਪੁਰ ਦੀ ਆਮਦ ਜਿਹੜੀ ਅੱਜ ਤੁਸੀਂ ਇੱਥੇ ਆਏ ਹੋ, ਹੁਸ਼ਿਆਰਪੁਰ ਜਾ ਰਹੇ ਹੋ, ਉਹਦੇ ਕਿਆ ਤੁਹਾਡਾ ਉਦੇਸ਼ ਹੈ? 14 ਮਾਰਚ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੈ। ਸ਼ਾਹ ਸੁਖਬੀਰ ਸਿੰਘ ਬਾਦਲ ਇੱਥੇ ਆ ਰਹੇ ਨੇ। ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਬੜੀ ਇੱਕ ਅਹਿਮ ਸੰਸਥਾ। ਬੀਬੀ ਜੀ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਅਤੇ ਮੈਂ ਉਚੇਚੇ ਤੌਰ 'ਤੇ, ਮੇਰਾ ਦਿਲ ਕਰਦਾ ਸੀ ਇਸ ਪਰਿਵਾਰ ਨੂੰ ਮੈਂ ਮਿਲ ਕੇ ਆਵਾਂ, ਕਿਉਂਕਿ ਪਰਿਵਾਰ ਦੀ ਲੋਕਾਂ 'ਚ ਬਹੁਤ ਵਧੀਆ, ਲੋਕਾਂ 'ਚ ਇੱਜ਼ਤ ਮਾਣ ਹੈ, ਬੜਾ ਇਤਿਹਾਸ ਨਾਲ ਇਹ ਪਰਿਵਾਰ ਜੁੜਿਆ ਹੋਇਆ। ਬਸ ਮੈਂ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਸੀ, ਦੂਜਾ ਮੈਂ ਉਸ ਕਾਨਫਰੰਸ ਦੀ ਤਿਆਰੀ ਦੇਖਣ ਵਾਸਤੇ ਸਾਰੇ ਅਕਾਲੀ ਦਲ ਦੇ ਮੇਨ ਮੇਨ ਬੰਦੇ ਉੱਥੇ ਬੁਲਾਏ ਨੇ ਤਾਂ ਕਿ ਉਹ ਕਾਨਫਰੰਸ ਵਧੀਆ ਤਰੀਕੇ ਨਾਲ ਕਾਮਯਾਬ ਹੋ ਸਕੇ। ਚਲੋ ਸਰ, ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ, ਤੁਸੀਂ ਉਹ ਗੱਲ ਕੀਤੀ ਹੈ ਉੱਥੇ ਪ੍ਰੋਬਲਮ ਹੋਈ ਆ ਮਿਨੋਰਟੀਜ਼ ਨੂੰ ਲੈ ਕੇ, ਬੇਸ਼ੱਕ ਤੁਸੀਂ ਉਸ ਸਵਾਲ ਦੀ ਹੁਣੇ ਗੱਲ ਕੀਤੀ ਆ, ਮਿਨੋਰਟੀਜ਼ ਦਾ ਦੇਖੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਅਸੀਂ ਵੀ 10 ਸਾਲ ਰਹੇ, ਸਾਡੀ ਵੀ ਸਰਕਾਰ ਚਲੀ ਗਈ, ਬੇਅੰਤ ਸਿੰਘ ਦੀ ਸਰਕਾਰ ਰਹੀ ਉਹ ਵੀ ਚਲੀ ਗਈ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਏ ਸੀ 2002 ਦੇ ਵਿੱਚ, ਉਹਨਾਂ ਦੀ ਚਲੀ ਗਈ ਸਰਕਾਰ, ਇਹ ਵੀ ਨਹੀਂ ਰਹਿਣੀ। ਆ ਚੌਥਾ ਬਜਟ ਪੇਸ਼ ਕਰਤਾ, ਸਿਰਫ ਇੱਕ ਬਜਟ ਰਹਿ ਗਿਆ ਹੋਰ, ਲੇਕਿਨ ਜਿੰਨਾ ਕੁ ਹੰਕਾਰ ਇਹ ਮੌਜੂਦਾ ਕਾਂਗਰਸ ਦੀ ਸਰਕਾਰ ਦੇ ਵਿੱਚ ਅਸੀਂ ਹੰਕਾਰ ਦੇਖਿਆ, ਮੈਂ ਨਹੀਂ ਆਪਣੀ ਲਾਈਫ ਦੇ ਵਿੱਚ, ਮੈਂ ਮੈਂਬਰ ਪਾਰਲੀਮੈਂਟ ਵੀ ਰਿਹਾ ਦਿੱਲੀ ਦੇ ਵਿੱਚ, ਮੈਂ ਦੂਜੀ ਵਾਰੀ MLA ਵੀ ਰਿਹਾ, ਮੈਂ ਮਿਨਿਸਟਰ ਵੀ ਰਿਹਾ, ਲੇਕਿਨ ਐਂ ਮਹਿਸੂਸ ਕਰਦੇ ਨੇ ਅਸੀਂ ਆਪੋਜੀਸ਼ਨ ਤਾਂ ਵਿਧਾਨ ਸਭਾ 'ਚ ਬੋਲਣੇ ਨਹੀਂ ਦੇਣਾ। ਹੁਣ ਪਬਲਿਕ ਪਾਰਟੀ ਨੂੰ ਇੱਕ ਐਸੀ ਭਾਈਚਾਰੇ ਨਾਲ ਸੰਬੰਧ ਰੱਖਦਾ, ਉਹਨੇ ਮੁੱਦਾ ਉਠਾਇਆ ਸੀ ਕਿ ਜਿਹੜਾ ਸ਼ਡਿਊਲ ਕਾਸਟ ਬੱਚਿਆਂ ਦਾ, SC ਬੱਚਿਆਂ ਦਾ ਸਕੋਲਰਸ਼ਿਪ ਦਾ 800 ਕਰੋੜ ਰੁਪਇਆ ਕਿੱਥੇ ਗਿਆ, ਉਹਨਾਂ ਨੂੰ ਕਿਉਂ ਨਹੀਂ ਮਿਲ ਰਿਹਾ? ਇੰਨਾ ਕੁ ਮੁੱਦਾ ਉਠਾਉਣ ਪਿੱਛੇ ਉਹਨੂੰ ਗਾਲਾਂ ਕੱਢੀਆਂ ਮਾਵਾਂ ਭੈਣਾਂ ਦੀਆਂ, ਉਹਨੂੰ ਉਹਦੀ ਖਿੱਚ ਤੂੰ ਕੀਤੀ ਗਈ। ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਸਪੀਕਰ ਸਾਹਿਬ ਨੂੰ ਮਿਲ ਕੇ ਆਇਆ ਕਿ ਇੱਕ ਪਾਸੇ ਦਾ ਅਸੀਂ ਪਵਿੱਤਰ ਹਾਊਸ ਕਹਿ ਰਹੇ ਹਾਂ, ਇੱਕ ਪਾਸੇ ਇੱਕ SC ਭਾਈਚਾਰੇ ਦੇ ਦੀ ਇੱਥੇ ਬੇਇੱਜ਼ਤੀ ਕੀਤੀ ਜਾਂਦੀ ਹੈ, ਉਹ ਇਕੱਲੀ ਪਬਲਿਕ ਪਾਰਟੀ ਨੂੰ ਦੀ ਬੇਇੱਜ਼ਤੀ ਨਹੀਂ ਕੀਤੀ ਗਈ, ਉਹ ਸਭ ਦੇ ਮੈਂ ਸਾਰੇ SC ਭਾਈਚਾਰੇ ਦੀ ਬੇਇੱਜ਼ਤੀ ਕੀਤੀ ਗਈ ਹੈ। ਸੋ ਮੈਂ ਸਮਝਦਾ ਬੜੀ ਮਦਭਾਗੀ ਇਹ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਗੈਂਗਸਟਰ ਦੇਖੋ, ਥਾਂ ਥਾਂ 'ਤੇ ਗੈਂਗਸਟਰ ਫਰੌਤੀਆਂ ਮੰਗ ਰਹੇ ਨੇ, ਲਾਅ ਐਂਡ ਆਰਡਰ ਦੀ ਹਾਲਤ ਕੋਈ ਨਹੀਂ, ਬਹੁਤ ਹੀ ਭੈੜੇ ਹਾਲਾਤ ਦੇ ਵਿੱਚ ਦੀ ਪੰਜਾਬ ਲੰਘ ਰਿਹਾ। ਕਰਜ਼ਾ ਮਾਫ਼ੀ ਦੀ ਗੱਲ ਸੀ, ਕਰਜ਼ਾ ਮਾਫ਼ੀ ਦੇ ਨਾਂ ਦੇ ਉੱਤੇ ਇਹ ਸਰਕਾਰ ਆਈ ਸੀ, ਕਿਸੇ ਦਾ ਕਰਜ਼ਾ ਨਹੀਂ ਮਾਫ਼ ਕੀਤਾ, ਲੋਕਾਂ ਨੇ ਤਾਂ ਵਿਚਾਰਿਆਂ ਨੇ 4 ਉਦੋਂ ਵੋਟਾਂ ਪਾਤੀਆਂ ਕਿ ਲਿਆਓ ਸਰਕਾਰ ਕਾਂਗਰਸ ਦੀ, ਕਰਜ਼ਾ ਮਾਫ਼ ਹੋਊਗਾ, ਕਿਸੇ ਦਾ ਕਰਜ਼ਾ ਨਹੀਂ ਮਾਫ਼ ਹੋਇਆ।
ਅੱਜ ਮੈਂ ਸਮਝਦਾ ਖੁਦਕੁਸ਼ੀਆਂ ਤਾਂ ਹੀ ਵੱਧ ਗਈਆਂ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਜੇ ਅਸੀਂ ਖੁਦਕੁਸ਼ੀ ਕਰਕੇ ਚਲੇ ਜਾਵਾਂਗੇ ਤਾਂ ਸਾਡੇ ਜਾਣ ਤੋਂ ਬਾਅਦ ਨਾਲ ਤਾਂ 10 ਲੱਖ ਦਾ ਸਾਨੂੰ ਮੁਆਵਜ਼ਾ ਮਿਲਜੂ, ਮੇਰੇ ਪਰਿਵਾਰ ਨੂੰ ਨਾਲੇ ਕਰਜ਼ਾ ਮਾਫ਼ ਹੋ ਜੂਗਾ, ਜਦਕਿ ਨਾ ਮੁਆਵਜ਼ਾ ਮਿਲਦਾ ਅਤੇ ਨਾ ਕੋਈ ਕਰਜ਼ਾ ਮਾਫ਼।